أعوذ بالله من الشيطان الرجيم بسم الله الرحمن الرحيم السلام عليكم ورحمة الله وبركاته امید کر رہا ہوں کہ میرے بہن بھائی سب ٹھیک ہونگے الحمدللہ بہن بھائی اسی ٹھیک ہاں تھوڑی دعاواں نے ساڈی دعاواں کہ ساڈے دیکھنے والے بہن بھائی اللہ تندرستی سے دے اپنی سمامی اور ساڈی دعاواں کا جن بہن کول بھائیوں کول اولاد نہیں اللہ پاک نیک صالح اللہ تو نوازے آمین سمامی ਇਸ ਨੇਕ ਦੁਆਰਾ ਕਰਦੀ ਆਪਣੀ ਵੀਡੀਓ ਦਾ ਆਗਾਜ਼ ਮੈਂ ਤੁਹਾਡਾ ਬਾਈ ਮੁਹੰਮਦ ਅਰਸਲਾਨ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਮੁਹੰਮਦ ਅਰਸ਼ ਵਲੌਗ ਬਿਨ ਵੀ ਇਨਸ਼ਾਅੱਲਾ ਆਪਾਂ ਖੈਰ ਕਰੇ ਅੱਜ ਇੱਕ ਜ਼ਬਰਦਸਤ ਜੱਟ ਟੋਟਕਾ ਜਿਹੜਾ ਤੁਹਾਡਾ ਸ਼ੇਅਰ ਕਰਾਂਗੇ ਇਨਸ਼ਾਅੱਲਾ ਸਾਡੀ ਵੀਡੀਓ ਨਾਲ ਰਹੀਓ ਵੀਡੀਓ ਸਕਿਪ ਨਹੀਂ ਕਰਨੀ ਔਰ ਮਜ਼ੇਦਾਰ ਵੀ ਹੋਏਗਾ ਔਰ ਕਮ ਖਰਚ ਵਿੱਚ ਬੜਾ ਮਜ਼ੇਦਾਰ ਟੋਟਕਾ ਬਣਦਾ ਹਾਂਜੀ 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 ਜੀ ਓ ਨਹੀਂ 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 ਦੇਖੋ ਨਾ ਫਾਤਮਾ ਬਹੁਤ ਸ਼ੁਰੂ ਕਰ ਰਹੀ ਹੈ ਅਤੇ ਨਾ ਫਾਤਮਾ ਹੁਣੇ ਗਿਰਨ ਲੱਗੀ ਸੀ ਓ ਬੋਲੂ ਅੱਛਾ ਜੀ ਮੁਹੰਮਦ ਦਾ ਪਾਪਾ ਲੈ ਕੇ ਆਏ ਅੰਬ ਤੋਂ ਜੋ ਵੀ ਮੈਂ ਤਿਆਰ ਕਰੂੰਗੀ ਰੈਸਪੀ ਆਪਣੇ ਬਰਮਈਆਂ ਦਾ ਸੋਰੀ ਰੈਸਪੀ ਨਹੀਂ ਹੈਗੀ ਜੂਸ ਬਣਾਉਣ ਲੱਗੀ ਹਾਂ ਅਤੇ ਉਸਲੇ ਦੇਖੋ ਦੋ ਅੰਬ ਇਹਨਾਂ ਨੂੰ ਮੈਂ ਛੇੜ ਲੈਂਦੀ ਅੱਛੀ ਤਰ੍ਹਾਂ ਛੇੜ ਕੇ ਰੱਖ ਦਿੰਦੀ ਹਾਂ ਅਤੇ ਫਿਰ ਜਿੱਦਾਂ ਇਹਦੀ ਅਸ ਅੰਬਾਂ ਦੀ ਤਿਆਰੀ ਕਰਦੀ ਹਾਂ ਆਪਣੀ ਬਰਮਈਆਂ ਨਾਲ ਸ਼ੇਅਰ ਕਰਦੀ ਹਾਂ ਮਾਸ਼ਾਅੱਲਾ ਬਣ ਗਈ ਦੋ ਮੈਂਗੋ ਨੇ ਦੋ ਅੰਬ ਨੇ ਅਤੇ ਇਹਨਾਂ ਦੋਨਾਂ ਅੰਬਾਂ ਦੇ ਦੋ ਜੱਗ ਜੂਸ ਦੇ ਬਣਾਉਣੇ ਆ ਇਨਸ਼ਾਅੱਲਾ ਅਤੇ ਬੜੇ ਹੀ ਜ਼ਾਇਕੇਦਾਰ ਬਣ ਗਏ ਇਨਸ਼ਾਅੱਲਾ ਤੁਹਾਡਾ ਮੁਕੰਮਲ ਹਾਂ ਦੂਧ ਨਹੀਂ ਵਿੱਚ ਪਾਉਣਾ ਹੈਗਾ ਬੜੇ ਮਜ਼ੇ ਦੇ ਬਣ ਗਏ ਇਨਸ਼ਾਅੱਲਾ ਸਾਡੀ ਵੀਡੀਓ ਨਾਲ ਰਹੀ ਵਾਲੀ ਸਾਡੀ ਵੀਡੀਓ ਸਕਿਪ ਨਹੀਂ ਕਰਨੀ ਔਰ ਅੰਮੀ ਉੱਧਰ ਨਿਕਾਲਣ ਦੀ ਹੋਈ ਆ ਗਿਰੀਆਂ ਉਹ ਵੀ ਤੁਹਾਨੂੰ ਜੱਗ ਸ਼ੇਅਰ ਕਰਦੇ ਅਤੇ ਅੰਮੀ ਇੱਧਰ ਨਿਕਾਲ ਰਹੀ ਆ ਗਿਰੀਆਂ ਅਤੇ ਗਿਰੀਆਂ ਵੀ ਨਿਕਾਲੀਆਂ ਵਾ ਅਤੇ ਨਿਕਾਲ ਕੇ ਇਹਨਾਂ ਨੂੰ ਦੁਆ ਅੱਛੀ ਤਰ੍ਹਾਂ ਧੁੰਦੇ ਆ ਅਤੇ ਫਿਰ ਜੂਸ ਬਣਾਉਂਦੇ ਇਨਸ਼ਾਅੱਲਾ ਮੁਕੰਮਲ ਜਿਹੜਾ ਮੁਕੰਮਲ ਇਹਦਾ ਪ੍ਰੋਸੈਸ ਆ ਤੁਹਾਡਾ ਮੁਕੰਮਲ ਇਨਸ਼ਾਅੱਲਾ ਸ਼ੇਅਰ ਕਰਾਂਗੇ ਅਤੇ ਸਾਡੀ ਵੀਡੀਓ ਨਾਲ ਰਹੀਓ ਫਿਰ ਸਾਰੇ ਪੀਵਾਂਗੇ ਇੰਜੋਏ ਕਰਾਂਗੇ ਕਿਉਂਕਿ ਥੋੜ੍ਹੀ ਜਿਹੀ ਚੀਜ਼ ਨਾਲ ਵੀ ਬੜੀ ਪਿਆਰੀ ਚੀਜ਼ ਪਿਆਰਾ ਯਾਨੀ ਕਿ ਜ਼ਾਇਕਾ ਬਣੇਗਾ ਇਨਸ਼ਾਅੱਲਾ ਜੂਸ ਦਾ ਅੱਛਾ ਜੀ ਮਾਸ਼ਾਅੱਲਾ ਦੂਧ ਸੋਰੀ ਦੂਧ ਕਹਿਤਾ ਪਾਣੀ ਵਿੱਚ ਮਿਕਸ ਕਰਤਾ ਅੰਬ ਮੈਂ ਕੱਟ ਲਏ ਸੀਗੇ ਅਤੇ ਬਦਾਮਾਂ ਦੀਆਂ ਗਿਰੀਆਂ ਜਿਹੜੀਆਂ ਵੀ ਅੰਮੀ ਨਾਲ ਕੱਢ ਕੇ ਰੱਖ ਦਿੱਤੀਆਂ ਮਸ਼ੀਨ ਵਿੱਚ ਪਾ ਲਿਆ ਕਿਉਂਕਿ ਆ ਦੂਧ ਦੀ ਇਸ ਜਗ੍ਹਾ 'ਤੇ ਪਾਣੀ ਵਾਲਾ ਜੂਸ ਮਿਲਕ ਸ਼ੇਕ ਬਣਾਉਣ ਲੱਗੇ ਵਿੱਚ ਹੀ ਮਿਕਸ ਕਰਦੀ ਨਾ ਚੀਨੀ ਨਾਲ ਹੀ ਨਾ ਸ਼ਪੈਨ ਕਿਉਂਕਿ ਮੈਂ ਨਹੀਂ ਬਣਾ ਰਹੀ ਅਸ਼ਾ ਭੈਣ ਬਣਾ ਰਹੀ ਹਾਂ ਨਾ ਫਾਤਮਾ ਤੰਗ ਕਰਨ ਦੇ ਉੱਪਰ ਦੇ ਦਿਓ ਢੱਕਣ ਜੱਗ ਚੈੱਕ ਕਰੋ ਮਸ਼ੀਨ ਹੈ ਨਾ ਇਹ ਮਤਲਬ ਲੋਹੇ ਦਾ ਨਾ ਲੋਹੇ ਦਾ ਅੱਛਾ ਜੀ ਮਾਸ਼ਾਅੱਲਾ ਦੇਖ ਨਿਕਾਲ ਕੇ ਰੱਖ ਲਿਆ ਦੂਸਰਾ ਜੱਗ ਜਿਹੜਾ ਵਿੱਚ ਮਿਕਸ ਕਰਦੇ ਅੱਛਾ ਜੀ ਮਾਸ਼ਾਅੱਲਾ ਜੂਸ ਜਿਹੜਾ ਅਸ਼ਾ ਭੈਣ ਨੇ ਬਣਾ ਲਿਆ ਐਸ਼ਾ ਬਿਚਾਰੀ ਸੁੱਤੀ ਨੂੰ ਤੰਗ ਕੀਤਾ ਕੋਈ ਗੱਲ ਨਹੀਂ ਹਾਂਜੀ ਨਾਇਆ ਫਾਤਮਾ ਨੂੰ ਹੁਣ ਕੱਲ੍ਹ ਹੀ ਆ ਵੀ ਕਿਸ ਕਿਹੜੇ ਟਾਈਮ ਪਾ ਕਿਉਂਕਿ ਜ਼ਿਆਦਾ ਠੰਡੇ ਹੋਣ ਤੋਂ ਪਹਿਲੇ ਦੰਸ਼ ਨਾਇਆ ਨਾਰਮਲ ਪਾ ਕੇ ਦੇਣਾ ਜ਼ਿਆਦਾ ਠੰਡਾ ਨਹੀਂ ਕਰਕੇ ਦੇਣਾ ਅਤੇ ਮਾਸ਼ਾਅੱਲਾ ਬਾਲਟੀ ਨਿਕਲ ਆਈ ਦੋ ਜਾ ਕੇ ਤਕਰੀਬਨ ਬਣੀ ਆ ਅਤੇ ਹੁਣ ਸਭ ਨੂੰ ਦਿੰਦੀ ਓ ਮੇਰੀ ਬੇਟੀ ਦਿਓ 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 ਜੂਸ ਜੂਸ ਬਿਸਮਿਲ੍ਲਾ ਇਨ ਲੰ ਮਜੀ ਲੰਪਾ ਮਜ਼ਾ ਆਇਆ ਜਿਹੜੇ ਆਪਣੇ ਘਰ ਸੀ ਜੋ ਇਸਤੇਮਾਲ ਕਰਨ ਦੇ ਗਲਾਸ ਆ ਉਹ ਹਮਸਾਏ ਲੱਗੇ ਹੋਏ ਗੁਰਦਾਰ ਆਏ ਗੰਢੀ ਯਾਨੀ ਕਿ ਉਹਨਾਂ ਘਰ
ਮਹਿਮਾਨ ਆਏ ਹੋਏ ਉਹ ਲੈ ਕੇ ਤੇ ਹੁਣ ਸਾਨੂੰ ਆਪਸ ਵਿੱਚ ਇਸ ਤਰ੍ਹਾਂ ਗੁਜ਼ਾਰਾ ਕਰਨਾ ਪੈਣਾ ਵਾ ਹਮ ਸਾਹਿਬ ਕੋ ਕੋਈ ਕਿਸੇ ਨਾ ਆਵੇ ਕਿ ਮੰਗੇ ਤੇ ਦੇਣੀ ਚਾਹੀਦੀ ਵਾ ਅੱਛਾ ਜੀ ਅਮੀ ਇਹਨਾਂ ਨੂੰ ਪੁੱਛਦੇ ਆ ਟੇਸਟ ਦਾ ਮੇਰੀ ਨਾਇਫ ਆਤਮਾ ਤਾਂ ਮਜ਼ੇ ਲੈ ਰਹੀ ਹੈ ਦੇਖੋ ਦੋ ਅੰਬ ਸੀ ਦੋ ਮੈਂਗੋ ਸੀ ਬਦਾਮਾਂ ਦੀਆਂ ਗਿਰੀਆਂ ਕਿਸੇ ਕੋਲ ਇੰਨੀ ਪਹੁੰਚ ਨਹੀਂ ਹੁੰਦੀ ਦੁੱਧ ਦੀ ਐਵੇਂ ਚੀਜ਼ਾਂ ਹੁਣ ਸਾਡੇ ਕੋਲ ਦੁੱਧ ਮੌਜੂਦ ਨਹੀਂ ਸੀ ਅੱਜ ਤੱਕ ਜੀ ਚਲੋ ਇਹ ਵਾਲੀ ਟ੍ਰਿਕ ਲਗਾਉਂਦੇ ਹਾਂ ਗੋਂਦ ਵੀ ਜੂਸ ਲਿਆ ਪੀਂਦੇ ਨਾ ਐਸੇ ਓਰਿਜਨਲ ਆ ਓਰਿਜਨਲ ਵਿੱਚ ਮੈਂਗੋ ਜੂਸ ਅੰਬ ਪਾਉਣੇ ਅੰਬ ਆਪੋ ਆਪਣੇ ਹੱਥ ਨਾਲ ਠੀਕ ਹੈ ਬਣਾਉਣਾ ਪੁੱਦਾ ਵਿੱਚ ਫਿਰ ਗਿਰੀਆਂ ਪਾਈਆਂ ਅਸੀਂ ਗਿਰੀਆਂ ਸੀਗੀਆਂ ਦੂਸਰਾ ਉਹਦੀਆਂ ਖੁਮਾਨੀਆਂ ਦੀਆਂ ਖੁਮਾਨੀਆਂ ਦੀਆਂ ਗਿਰੀਆਂ ਸੀ ਅਸੀਂ ਸੱਟੀਆਂ ਨਹੀਂ ਅਸੀਂ ਕੱਢੀਆਂ ਤੋਤੀਆਂ ਧੋ ਕੇ ਵਿੱਚ ਗਿਰੀਆਂ ਨਿਕਾਲ ਲਈਆਂ ਉਹ ਗਿਰੀਆਂ ਵਿੱਚ ਪਾਈਆਂ ਮਾਸ਼ਾਅੱਲਾ ਜੀ ਬੇਗਮ ਨੇ ਵੀ ਆਪਣਾ ਗਲਾਸ ਕਿਸੇ ਦਾ ਭਰ ਕੇ ਲੈ ਲਿਆ ਵਾ ਮਜ਼ਦਾਰਾ ਆਓ ਨਾਇਜ਼ ਦੇ ਨਾਇਜ਼ ਦੇ ਨਾਇਜ਼ ਦੇ ਨਹੀਂ ਦੇਣਾ ਨਹੀਂ ਦੇਣਾ ਹਾਂ ਠੀਕ ਹੈ ਨਹੀਂ ਦੇਣਾ ਨਹੀਂ ਦੇਣਾ ਨਹੀਂ ਦੇਣਾ ਨਹੀਂ ਮੰਮਾ ਨਹੀਂ ਦੇਣਾ ਖਾਣ ਪੀਣ ਦੇ ਮਾਮਲੇ ਕੋਈ ਸਾਡਾ ਸਕਾ ਨਹੀਂਗਾ ਔਰ ਮੇਰਾ ਮੁਹੰਮਦ ਦਾਨਿਸ ਬੇਟਾ ਦੇਖੋ ਜੀ ਇੱਥੇ ਬੈਠ ਆਪਣੇ ਚੁੱਲ੍ਹੇ 'ਚ ਬੈਠਾ ਜੂਸ ਪੀ ਰਿਹਾ ਹਾਂਜੀ ਮਜ਼ਾ ਆ ਰਿਹਾ ਬੇਟੇ ਮੇਰੇ ਨੂੰ ਮਜ਼ਾ ਆ ਰਿਹਾ ਆਓ ਕਿਹਦਾ ਮਜ਼ਾ ਆ ਰਿਹਾ ਮਜ਼ੇਦਾਰ ਜੂਸ ਮਜ਼ਾ ਬਣਿਆ ਨਾ ਦੇਖੋ ਮਾਸ਼ਾਅੱਲਾ ਬੱਚੇ ਮਾਸ਼ਾਅੱਲਾ ਬੜੇ ਮਜ਼ੇ ਨਾਲ ਪੀ ਰਹੇ ਆ ਠੀਕ ਹੈ ਅਤੇ ਸਭ ਲਾ ਕੇ ਵੱਡੇ ਨੂੰ ਕਿੰਨਾ ਮਜ਼ਾ ਆਉਂਦਾ ਹੋਵੇਗਾ ਬੱਚੇ ਜੋ ਚੀਜ਼ ਸ਼ੌਕ ਨਾਲ ਖਾਂਦੇ ਨਾ ਇੱਕ ਅਤੇ ਉਹ ਬੜੀ ਮਜ਼ੇਦਾਰ ਬਣਦੀ ਮਾਸ਼ਾਅੱਲਾ ਫਿਰ ਠੰਡਾ ਠਾਰ ਹੈ ਦਿਲ ਬਹਾਰ ਹੈ ਜਿਹੜਾ ਪੀਵੇ ਉਹ ਵੀ ਪਛਤਾਵੇ ਜਿਹੜਾ ਨਾ ਪੀਵੇ ਉਹ ਵੀ ਪਛਤਾਵੇ ਕੰਮ ਖਰਚੇ ਵਿੱਚ ਤਿਆਰ ਹੋਣ ਵਾਲਾ ਜੂਸ ਆ ਠੀਕ ਹੈ ਕਿੱਦਾਂ ਕੰਮ ਖਰਚਾ ਖਰਚਾ ਫਿਰ ਵੀ ਓਨਾ ਹੀ ਹੁੰਦਾ ਨਵੀਂ ਪਾਣੀ ਘਰ ਦਾ ਦੋ ਅੰਬਲੇ ਕਹਿਣੇ ਪੈਂਦੇ ਆ 100 ਦੇ ਅੰਬ ਆਏ ਚੀਨੀ ਹਾਂਜੀ ਔਰ ਮਸ਼ੀਨ ਬਦਾਮਾਂ ਦੀਆਂ ਗਿਰੀਆਂ ਬਦਾਮਾਂ ਦੀ ਗਿਰੀਆਂ ਪਾ ਲਓ ਵਿੱਚ ਜਾਂ ਉਹ ਸ਼ਰ ਲੈ ਆਓ ਥੋੜਾ ਇੱਕ ਮਣੀ ਲੈ ਆਓ ਪਹਿਲੇ ਖਾ ਲਓ ਫਿਰ ਗਟਕਾ ਵਿੱਚ ਪਾ ਲਓ ਕੜੀ ਪਕੌੜਾ ਤਿਆਰ ਕਰਨਾ ਕੜੀ ਪਕੌੜਾ ਅਤੇ ਪਕੌੜੇ ਅੰਮੀ ਕੁਛ ਅੰਮੀ ਨੇ ਕੱਢੇ ਕੁਛ ਐਸ਼ਾ ਭੈਣ ਨੇ ਹੁਣ ਐਸ਼ਾ ਭੈਣ ਨੇ ਕਰ ਲੈਂਦੇ ਅਤੇ ਕੜੀ ਮਸ਼ਲਾ ਇੱਧਰ ਦੇਖੋ ਕੁਛ ਕੜੀ ਵਿੱਚ ਪਾ ਦਿੱਤੇ ਪਿਆਜ ਤਿਆਰ ਕਰਕੇ ਅੱਛਾ ਜੀ ਵੇਚ ਵੂਚ ਕੇ ਸਭ ਨਹੀਂ ਐਂਡ ਤੇ ਬਰਤਨ ਚੈੱਕ ਕਰੋ ਲੂੰਘਣੇ ਜੁੜਿਆ ਵਾ ਮਮਤਾ ਦੇ ਬਾਬਾ ਇਹਨੂੰ ਫੀਡਰ ਦੇਈਦਾ ਚਾਰ ਪੰਜ ਤਰੀਕ ਬਹਿਣਾ ਪਿੰਗ ਵਿੱਚੋਂ ਨਿਕਲ ਕੇ ਆ ਗਿਆ ਅਤੇ ਮੇਰੇ ਭੈਣ ਭਾਈ ਮੇਰੇ ਦਾਨਿਸ਼ ਵਾਸਤੇ ਜ਼ਿਆਦਾ ਦੁਆ ਕਰੀਓ ਕਿਉਂਕਿ ਅਸੀਂ ਸਭ ਦੇ ਬੱਚਿਆਂ ਵਾਸਤੇ ਦੁਆ ਕਰਦੇ ਸਭ ਮੇਰੇ ਦਾਨਿਸ਼ ਵਾਸਤੇ ਦੁਆ ਕਰੀਓ ਮਤਲਬ ਤਬੀਅਤ ਫਿਰ ਖਰਾਬ ਹੋ ਗਈ ਕੱਲ੍ਹ ਤੀਸਰੀ ਵਾਰ ਕਿਸ ਟਾਈਮ ਠੀਕ ਹੁੰਦਾ ਕਿਸ ਟਾਈਮ ਨਹੀਂ ਹੁੰਦਾ ਠੀਕ ਹੈ ਦੁਆ ਕਰੀਓ ਹਾਂਜੀ ਇਹ ਹੁਣੇ ਸੁੱਤਾ ਉੱਠਿਆ ਵਾ
ਹਾਂਜੀ ਨਾ ਫਾਤਮਾ ਚੈੱਕ ਕਰੋ ਮੈਂ ਫਾਤਮਾ ਜੂਸ ਬਣਾ ਪੀ ਰਹੀ ਹੈ ਇੱਕ ਉਹ ਬੈਠਾ ਬੂਹੇ ਮੈਂ ਕਹਿੰਦਾ ਪੂਰੀ ਹੋ ਗਈ ਤੈਨੂੰ ਕਰ ਦੋ ਤੇ ਭੈਣ ਭਾਈ ਬਸ ਮੈਂ ਬਾਰ ਬਾਰ ਕਹਿੰਦੀ ਹਾਂ ਮੇਰੇ ਭੈਣ ਭਾਈ ਦਾਨਿਸ਼ ਵਾਸਤੇ ਔਰ ਮੇਰੀ ਨਾਇ ਵਾਸਤੇ ਦੁਆ ਕਰੀਓ ਮੈਂ ਦੱਸਣਾ ਵਾ ਕਿ ਇੱਕ ਸਿੰਪਲ ਜੂਸ ਬਣਾਇਆ ਤਾਂ ਕਿਸਮ ਲੱਗਾ ਵਾ ਵਧੀਆ ਇੱਥੇ ਕੰਮ ਖਰਚੇ ਵਿੱਚ ਜਿਹੜੇ ਬਣਾ ਕੇ ਪੀਣਾ ਚਲੋ ਉਹ ਪੀ ਸਕਦੇ ਕਿ ਇੱਕ ਵਾਰ ਟੇਸਟ ਕਰੀਓ ਮਾਸ਼ਾਅੱਲਾ ਬੱਚੇ ਵੀ ਪੀ ਜਾ ਰਹੇ ਬੱਚਿਆਂ ਵਾਸਤੇ ਵੀ ਇਹ ਠੀਕ ਆ ਜਿਹੜਾ ਅਸੀਂ ਦੁਕਾਨ ਤੋਂ ਜੂਸ ਲੈ ਕੇ ਪੀਨੇ ਨਾ ਦੁਕਾਨ ਤੋਂ ਉਸ ਨਾਲੋਂ 100 ਡੱਬੇ ਹਾਂਜੀ ਡੱਬੇ ਵਾਲਾ ਜੂਸ ਪੀਨੇ ਉਹਦੇ ਨਾਲ ਮਾਸ਼ਾਅੱਲਾ ਬਹੁਤ ਮਜ਼ੇਦਾਰ 100% ਜੂਸ ਅੱਛਾ ਜਿਹੜਾ ਦੁਕਾਨਾਂ 'ਚ ਪੈਕ ਜੂਸ ਹੁੰਦਾ ਡੱਬਿਆਂ ਵਿੱਚ ਉਹ ਇਸ ਤਰ੍ਹਾਂ ਦਾ ਹੀ ਹੁੰਦਾ ਵਾ ਉਹ ਇਸ ਤੋਂ ਹਲਕਾ ਸਮਝ ਹੁੰਦਾ ਹਾਂਜੀ ਇਹ ਉਸ ਤੋਂ 100% ਅੱਛਾ ਵਾ ਚਾਹੇ ਜ਼ਿਆਦਾ ਤਰ੍ਹਾਂ ਦੇ ਬਾਰੇ ਸਾਡੀ ਸਾਨੂੰ ਦਵਾਈ ਯਾਦ ਰੱਖਿਓ ਅਸੀਂ ਦਵਾਈ ਯਾਦ ਰੱਖਾਂਗੇ ਫਿਰ ਮਿਲਾਂਗੇ ਨੈਕਸਟ